ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਗੁਰਮੁਖੋ ਜੇ ਦੀਦਾਰ ਕਰਾਂਗੇ ਤਾਂ ਪਤਾ ਲੱਗੇਗਾ ਨਾ, ਅਤੇ ਦੀਦਾਰ ਤਾਂ ਹੋਣਗੇ ਜੇ ਪਾਠ ਕਰਾਂਗੇ। ਤਾਂ ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਵਣਜਾਰਾ ਹੈ ਇਹ ਸਰਲੇਖ ਹੈ, ਉਂਝ ਵਣਜਾਰੇ ਦਾ ਲਫਜ਼ੀ ਅਰਥ ਹੈ ਜੀ ਵਪਾਰ ਕਰਨ ਵਾਲਾ, ਅਤੇ ਜ਼ਿਆਦਾਤਰ ਜਿਹੜਾ ਟਾਂਡਾ ਸ਼ਬਦ ਅਤੇ ਵਣਜਾਰਾ ਸ਼ਬਦ ਖਿਮਾ ਕਰ ਦਿਓ, ਇਹ ਲੁਬਾਣਿਆਂ ਵਾਸਤੇ ਵਰਤੀਂਦਾ ਸੀ, ਕਿਉਂਕਿ ਇੱਕ ਤਾਂ ਸ਼ਾਹ ਸਨ, ਸਾਊਥ ਵਿੱਚ ਇਹਨਾਂ ਦਾ ਆਪਣਾ ਰਾਜ ਸੀ, ਜਦੋਂ ਰਾਜ ਭਾਗ ਗਿਆ ਇਹ ਵਪਾਰੀ ਬਣੇ, ਇਹਨਾਂ ਦੇ ਟਾਂਡੇ ਹੁੰਦੇ ਸਨ, ਟਾਂਡੇ ਦਾ ਅਰਥ ਵੈਸੇ ਗੱਡਾ ਹੁੰਦਾ, ਹਾਂਜੀ ਬਾਣੀ 'ਚ ਵਰਤਿਆ, ਕੋ ਵਣਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਅਸਲ 'ਚ ਟਾਂਡਾ ਇੱਕ ਨਹੀਂ ਸੀ ਹੁੰਦਾ, ਮੈਂ ਤੇ ਤੱਕ ਪੜ੍ਹਿਆ ਲੱਖੀ ਸ਼ਾਹ ਵਣਜਾਰੇ ਦੇ ਟਾਂਡੇ ਵਿੱਚ ਲੱਖਾਂ ਗੱਡੇ ਸਨ, ਇੱਕ ਦੋ ਨਹੀਂ, ਏਡਾ ਛੋਟਾ ਜਿਹਾ ਬੰਦਾ ਹੈ ਜੀ ਜਿਹੜਾ ਹਕੂਮਤ ਨਾਲ ਸਿੱਧੀ ਟੱਕਰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਨੂੰ ਚੁੱਕ ਕੇ ਤੁਰਿਆ, ਉਸ ਬੰਦੇ ਦੀ ਕਿੰਨੀ ਕੁ ਵੱਡੀ ਤਾਕਤ ਹੋਵੇਗੀ ਉਸ ਕੋਲ। ਭਾਈ ਮੱਖਣ ਸ਼ਾਹ ਕੋਲ ਤੋਪ ਰੱਖਣ ਦੀ ਇਜਾਜ਼ਤ ਸੀ, ਮੈਂ ਆਪ ਨੂੰ ਸਿਰਫ ਇਸ ਕਰਕੇ ਬੇਨਤੀ ਕੀਤੀ, ਇਹ ਵਣਜਾਰੇ ਕੀ ਕਰਦੇ ਸਨ, ਜਦੋਂ ਟਾਂਡੇ ਚੱਲਦੇ ਸਨ, ਗੱਡੇ ਚੱਲਦੇ ਸਨ ਨਾ ਜੀ, ਮੈਂ ਟਾਂਡਾ ਸ਼ਬਦ ਵਰਤਿਆ, ਉਸ ਵਕਤ ਇਹ ਰਾਤ ਨੂੰ ਚੱਲਦਿਆਂ, ਹੁਣ ਗੱਡੇ ਲਾਈਨ 'ਚ ਚੱਲੇ ਜਾ ਰਹੇ ਆ ਰਾਤ ਨੂੰ, ਚਾਨਣੀ ਰਾਤ ਹੈ, ਅਤੇ ਕੋਈ ਗੱਡੇ ਨੂੰ ਲੁੱਟ ਨਾ ਲਏ, ਉਸ ਵਕਤ ਕੀ ਕਰਦੇ ਸਨ ਵਣਜਾਰੇ ਜਿਹੜੇ ਸਨ, ਇੱਕ ਜਣਾ ਅਗਲੀ ਤੁੱਕ ਬੋਲਦਾ ਸੀ ਗੀਤ ਦੀ, ਤਰਸੀ ਇਹਨਾਂ ਦੀ, ਦੂਸਰਾ ਪਿਛਲੀ ਬੋਲਦਾ ਸੀ, ਉਹ ਫਿਰ ਪਤਾ ਲੱਗ ਜਾਂਦਾ ਵੀ ਸਭ ਠੀਕ ਠਾਕ ਹੈ, ਜੇ ਅੱਗੋਂ ਆਵਾਜ਼ ਆ ਰਹੀ ਹੈ ਤੇ ਸਭ ਕਾਫਲਾ ਠੀਕ ਚੱਲ ਰਿਹਾ ਹੈ। ਸਤਿਗੁਰਾਂ ਨੇ ਕਿਹਾ ਇਸ ਸ਼ਬਦ ਵਣਜਾਰੇ ਨੂੰ ਉਸ ਤਰਜ ਵਿੱਚ ਪੜ੍ਹੀ ਜਿਹੜੇ ਟਾਂਡਿਆਂ ਵਾਲੇ ਵਣਜਾਰੇ ਪੜ੍ਹਦੇ ਹੁੰਦੇ ਸਨ, ਪਰ ਉਹ ਤਰਜ ਹੈ। ਅਗਲੀ ਬੇਨਤੀ, ਸਿਰਲੇਖ ਹੁੰਦਾ ਕਰ ਹਲੇ, ਕਰ ਹਲੇ ਆਉਂਦਾ ਜੀ ਪਾਠ, ਹਾਂਜੀ ਕਰ ਹਲੇ ਦਾ ਵੈਸੇ ਲਫਜ਼ੀ ਅਰਥ ਹੈ ਊਠ, ਊਠ ਦਾ ਬੱਚਾ ਕਹਿੰਦੇ ਆ ਕਰਹਲੇ, ਕਰਹਲਾ ਊਠ, ਇਹ ਵੀ ਤਰਜ ਹੈ ਜੀ, ਊਠ ਨਹੀਂ ਕੱਲਾ, ਹੁਣ ਲਿਖ ਤਾਂ ਦਿੱਤਾ ਸਤਿਗੁਰਾਂ ਨੇ ਕਰਹਲੇ, ਉੱਥੇ ਠੀਕ ਮੈਨੂੰ ਪਤਾ ਵੀ ਮਨ ਨੂੰ ਕਰਹਲਾ ਕਿਆ ਹੈ, ਊਠ ਕਿਹਾ। ਅਸਲ 'ਚ ਰਾਜਸਥਾਨ ਵਿੱਚ ਜਿਹੜੇ ਊਠਾਂ ਵਾਲੇ ਨੇ, ਜਿਵੇਂ ਟਾਂਡਿਆਂ ਦੇ ਵਣਜਾਰੇ ਜਿਹੜੇ ਸਨ, ਟਾਂਡਿਆਂ ਵਾਲੇ ਵਣਜਾਰੇ ਇਹ ਗਾਉਂਦੇ ਸਨ, ਇਸੇ ਤਰ੍ਹਾਂ ਰਾਜਸਥਾਨੀ ਊਠ ਜਦੋਂ ਲੈ ਕੇ ਵਪਾਰ ਕਰਨ ਜਾਂਦੇ ਸਨ, ਉਹਨਾਂ ਦੀ ਆਪਣੀ ਤਰਜ ਹੁੰਦੀ ਸੀ, ਉਸ ਤਰ੍ਹਾਂ ਗਾਉਂਦੇ ਸਨ। ਮਹਾਰਾਜ ਜੀ ਨੇ ਕਿਹਾ ਇਹਨੂੰ ਇਸ ਤਰ੍ਹਾਂ ਗਾਈ ਜਿਵੇਂ ਕਰਹਲੇ ਗਾਏ ਜਾਂਦੇ ਆ। ਮੈਂ ਇਸ ਕਰਕੇ ਆਪ ਨੂੰ ਬੇਨਤੀ ਕੀਤੀ, ਅੱਜ ਸ਼ਬਦ ਚੁਣਿਆ ਜੀ, ਪਹਿਲਾ ਕੁਚੱਜੀ, ਸੁਚੱਜੀ ਅਤੇ ਗੁਣਵੰਤੀ। ਪਹਿਲਾਂ ਤਾਂ ਇਹਨਾਂ ਤਿੰਨਾਂ ਦੇ ਅੱਖਰੀ ਅਰਥ ਆਪਾਂ ਕਰ ਲਈਏ। ਇਹ ਲਫ਼ਜ਼ ਇੱਕ ਇਹ ਚੱਜ ਬਾਣੀ 'ਚ ਵੀ ਆਉਂਦਾ, ਚੱਜ ਵੀ ਆਉਂਦਾ, ਦੂਸਰਾ ਹੈ ਕੁਚੱਜ। ਚੱਜ ਦਾ ਅਰਥ ਹੈ ਕਿ ਕੱਢਣ ਪਰਾਉਣ ਦਾ ਤਰੀਕਾ ਆਉਣਾ, ਇਹਨੂੰ ਆਪਾਂ ਦੁਨਿਆਵੀ ਅਰਥ ਕਰ ਰਹੇ ਹਾਂ। ਕਿਸੇ ਧੀ ਭੈਣ ਨੂੰ ਚੌਂਕੇ ਵਿੱਚ ਸਬਜ਼ੀ ਭਾਜੀ ਬਣਾਉਣ ਦਾ, ਜੀਆਂ ਨੂੰ ਵਰਤਣ ਦਾ, ਕੱਢਣ ਪਰੋਣ ਦਾ ਸਲੀਕਾ ਹੋਵੇ, ਬੋਲਣ ਦਾ ਸਲੀਕਾ ਹੋਵੇ, ਆਪਾਂ ਕਹਿੰਦੇ ਸਾਂ ਇਹ ਚੰਗੀ ਚੱਜ ਵਾਲੀ ਹੀ ਸੁਚੱਜੀ ਹੈ। ਅਤੇ ਜਿਹਨੂੰ ਨਹੀਂ ਸੀ ਸਮਝ ਹੁੰਦੀ ਅਤੇ ਕਹਿੰਦੇ ਸਾਂ ਸਿਰਫ ਇਹ ਬੁੱਤ ਵਾਲਾ ਹੀ ਹੈ, ਇਹ ਸਰੀਰ ਹੀ ਤੁਰਿਆ ਫਿਰਦਾ ਹੈ, ਕੁਚੱਜੀ ਹੋਈ। ਕੁਚੱਜੀ ਦਾ ਅਰਥ ਹੈ ਜਿਹਦੇ ਕੋਲ ਜ਼ਿੰਦਗੀ ਜੀਣ ਦਾ ਚੱਜ ਕੋਈ ਨਹੀਂ, ਅਖਰੀ ਅਰਥ ਇਹ ਨੇ। ਸੁਚੱਜੀ ਦਾ ਅਰਥ ਹੈ ਜਿਹਦੇ ਕੋਲ ਜ਼ਿੰਦਗੀ ਜੀਣ ਦਾ ਚੱਜ ਹੈ। ਅਗਲੀ ਬੇਨਤੀ ਕਿ ਗੁਣਵੰਤੀ ਦਾ ਅਰਥ ਹੈ ਜਿਹੜੀ ਗੁਣਾਂ ਦੀ ਖਾਣ ਹੈ। ਉਂਝ ਵੈਸੇ ਜਿਹੜਾ ਕੁਚੱਜੀ ਸ਼ਬਦ ਹੈ, ਇਹ ਜਦੋਂ ਹੁਣ ਆਪਾਂ ਅਰਥ ਕਰਾਂਗੇ, ਮੈਂ ਸੱਚੀ ਲੋ ਸਾਰਾ ਦਿਨ ਜਦੋਂ ਇਹ ਸ਼ਬਦ ਪੜ੍ਹੀ ਗਿਆ ਮਨ 'ਚ ਆਇਆ ਵੀ
ਵਿਦਵਾਨਾਂ ਨੇ ਇਹਦੀ ਭੂਮਿਕਾ ਦਿੱਤੀ ਹੈ। ਵਲੈਤ ਵਾਲੀ ਜਨਮ ਸਾਖੀ 'ਚ ਲਿਖਿਆ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਦੁਹਰਾ ਦੇਣਾ, ਸੰਪਰਦਾਇ ਟੀਕਾ ਵਿੱਚ ਇਹ ਮਿਲਣਗੇ ਜੀ। ਕਹਿੰਦੇ ਨੇ ਜਦੋਂ ਸਤਿਗੁਰੂ ਆਸਾਮ ਗਏ ਨੇ ਨਾ, ਜਿਹਨੂੰ ਨੂਰ ਸ਼ਾਹ ਜਾਦੂਗਰਨੀ ਆਪ ਸੁਣਦੇ ਹੋਵੋਗੇ, ਜਾਦੂਗਰਨੀ ਮਿਲੀ ਜਿਹੜੀ, ਪਰ ਮੈਂ ਅੱਜ ਇਹ ਵੀ ਸੋਚ ਰਿਹਾ ਸਾਂ ਨਾ ਬੰਦਿਆਂ ਵਾਲਾ ਅਤੇ ਮੁਸਲਮਾਨਾਂ ਵਾਲਾ ਹੈ ਔਰਤ। ਅਸੀਂ ਸਾਰੇ ਅਸੀਂ ਵੀ ਕਹਿੰਦੇ ਹਾਂ ਨੂਰ ਸ਼ਾਹ ਜਾਦੂਗਰਨੀ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਨੂੰ ਠਾਰਨ ਗਏ, ਚੜ੍ਹਿਆ ਸੋਧਨ ਧਰਤ ਲੁਕਾਈ, ਉਸ ਵਕਤ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਸਾਮ ਗਏ ਨੇ, ਜਿਹਨੂੰ ਅੱਜ ਕੱਲ੍ਹ ਆਸਾਮ ਕਹਿੰਦੇ, ਉਸ ਵਕਤ ਉਸ ਇਲਾਕੇ ਨੂੰ ਕਹਿੰਦੇ ਸਨ ਕਾਮਰੂਪ, ਉਹਨੂੰ ਕੋਇਲ ਰੂਪ ਵੀ ਕਹਿੰਦੇ ਸਨ। ਉੱਥੇ ਸਤਿਗੁਰੂ ਪਹੁੰਚਦੇ ਆ, ਧਿਆਨ ਨਾਲ ਸੁਣਿਓ ਗੁਰਮੁਖੋ, ਉੱਥੇ ਜਦੋਂ ਮਹਾਰਾਜ ਪਹੁੰਚਦੇ ਆ ਅਤੇ ਉੱਥੇ ਕਿਹਾ ਜਾਂਦਾ ਵੀ ਸਾਰਾ ਇਲਾਕਾ ਜਿਹੜਾ ਬੀਬੀਆਂ ਜਾਦੂ ਟੂਣੇ ਜੰਤਰ ਮੰਤਰ ਬਹੁਤ ਕੁਝ ਕਰਦੀਆਂ ਸਨ, ਉਹਨਾਂ ਕੋਲ ਸੁਹਾਪਣ ਸੀ। ਇੱਕ ਵਿਦਵਾਨ ਕਹਿੰਦਾ ਉੱਥੋਂ ਦੇ ਮਰਦਾਂ ਦਾ ਜਿਹੜਾ ਚਿਹਰਾ ਸੀ ਉਹ ਇੰਨਾ ਸੁਹਾਪਣ ਵਾਲਾ ਨਹੀਂ ਸੀ, ਉਹ ਬੀਬੀਆਂ ਮਾਹਿਰ ਸਨ ਜੰਤਰ ਮੰਤਰ ਕਰਨ ਦੇ। ਇਉਂ ਕਹਿ ਲਓ ਬੰਦੇ ਨੂੰ ਮਾਨਸਿਕ ਤੌਰ 'ਤੇ ਅੱਜ ਵੀ ਯਾਦ ਰੱਖੋ, ਵਿੱਦਿਆ ਹੈ, ਬੜੀ ਪੁਰਾਣੀ ਵਿੱਦਿਆ ਹੈ। ਆਪਾਂ ਕਹਿੰਦੇ ਹਿਪਨੋਟਾਈਜ਼ ਕਰ ਦਿੱਤਾ ਜੀ, ਇਹ ਬੰਦਾ ਤਾਂ ਪਿੱਛੇ ਲਾ ਲਿਆ ਜੀ, ਅਸਲ 'ਚ ਹੈ ਤਾਂ ਵਿੱਦਿਆ ਹੀ ਨਾ। ਜਦੋਂ ਕੋਈ ਅਭਿਆਸ ਕਰਦਾ ਕਿਸੇ ਚੀਜ਼ ਦਾ, ਉਸ ਤ੍ਰਾਟਕ ਵਿੱਦਿਆ ਵਿੱਚੋਂ ਵੀ ਫਿਜ਼ੀਕਲ ਤੌਰ 'ਤੇ ਸੰਗਲ ਨਾ ਵੀ ਪਾਓ, ਪਰ ਬੰਦਾ ਖਿਆਲਾਂ ਨਾਲ ਵੀ ਬੰਦੇ ਨੂੰ ਆਪਣਾ ਗੁਲਾਮ ਬਣਾ ਲੈਂਦਾ। ਉਂਝ ਗੁਰਬਾਣੀ 'ਚ ਬੜੇ ਸ਼ਬਦ ਆਏ, ਇੱਕ ਗੁਰੂ ਗ੍ਰੰਥ ਸਾਹਿਬ ਸ਼ਬਦ ਹੁੰਦਾ, ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ। ਆਮ ਤੌਰ 'ਤੇ ਕਈ ਵਾਰੀ ਤੁਸੀਂ ਦੇਖਣਾ, ਇਹਨੂੰ ਆਪਾਂ ਇੱਧਰ ਚੱਲਣਾ ਨਹੀਂ ਕਿ ਟੂਣੇ ਧਾਗੇ ਕੀਤੇ ਜਾਂਦੇ, ਮੇਰਾ ਪਤੀ ਮੇਰੇ ਵਾਸ 'ਚ ਰਹਿ, ਮੇਰੀ ਗੱਲ ਮੰਨੇ, ਇਹ ਇਸ ਤਰ੍ਹਾਂ ਹੁੰਦਾ ਹੈ, ਧਾਗੇ ਤਵੀਤ ਟੂਣੇ। ਗੁਰੂ ਸਾਹਿਬ ਨੇ ਤਾਂ ਜ਼ਿਕਰ ਕੀਤਾ, ਕਹਿਣ ਲੱਗੇ ਗੁਣ ਕਾਮਣ ਕਾਮਣ ਕਰੇ, ਦੋਹਰੀ ਸ਼ਬਦ ਹੈ, ਇੱਕ ਕਾਮਣ ਦਰ ਅਤੇ ਟੂਣਾ, ਇੱਕ ਕਾਮਣ ਦਰ ਅਤੇ ਇਸਤਰੀ। ਕਹਿਣ ਲੱਗੇ ਧਾਗੇ ਤਵੀਤ ਅਤੇ ਰੱਖਾਂ ਲਿਆਉਣ ਨਾਲ ਪਤੀ ਵਸ ਨਹੀਂ ਹੋਣਾ, ਦੁਨਿਆਵੀ ਤੌਰ 'ਤੇ ਵੀ ਜੇ ਤੂੰ ਦੈਵੀ ਗੁਣਾਂ ਦਾ ਚੰਗੇ ਗੁਣਾਂ ਦਾ ਟੂਣਾ ਕਰੇਗੀ ਅਤੇ ਪਤੀ ਵਸ ਗਏ, ਜੇ ਤੇਰੇ ਅੰਦਰ ਨਾਮ ਬੰਦਗੀ ਦੈਵੀ ਗੁਣ ਆ ਗਏ ਅਤੇ ਪਰਮਾਤਮਾ ਪਤੀ ਵੀ ਤੇਰੇ ਵਸ। ਇਹਦੇ ਦੋ ਅਰਥ ਨੇ, ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ। ਹੁਣ ਇਹ ਨੂਰ ਸ਼ਾਹ ਕੌਣ ਸੀ, ਮੈਂ ਥੋੜ੍ਹੀ ਜਿਹੀ ਆਪ ਜੀ ਨੂੰ ਬੇਨਤੀ ਕਰਕੇ ਜਾਵਾਂਗਾ, ਜ਼ਿਆਦਾ ਡਿਟੇਲ 'ਚ ਨਹੀਂ। ਨਾਮ ਮੁਸਲਮਾਨਾਂ ਵਾਲਾ ਹੈ, ਔਰਤ ਬੀਬੀ ਹੈ। ਜਦੋਂ ਗੁਰੂ ਨਾਨਕ ਸਾਹਿਬ ਇੱਥੇ ਗਏ ਆ, ਉਦੋਂ ਵੀ ਜੰਤਰਾਂ ਮੰਤਰਾਂ ਦਾ ਬਹੁਤ ਜ਼ੋਰ ਸੀ। ਮੈਂ ਸ਼ਾਇਦ ਕੱਲ੍ਹ ਪਰਸੋਂ ਇੱਕ ਜਗ੍ਹਾ ਕਿਹਾ ਸੀ, ਇੱਕ ਗੱਲ 'ਤੇ ਭਰੋਸਾ ਰੱਖ ਕੇ ਤੁਰਿਓ, ਜਿਸ ਦਾ ਮੁਰਸ਼ਦ ਗੁਰੂ ਨਾਨਕ ਹੈ, ਜਿਹਦੇ ਕੋਲ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਤਾਕਤ ਹੈ, ਦੁਨੀਆ ਦਾ ਕੋਈ ਮੰਤਰ ਜੰਤਰ ਉਹਦੇ 'ਤੇ ਅਸਰ ਨਹੀਂ ਕਰ ਸਕਦਾ। ਪਰ ਸ਼ਰਤ ਇਕੱਲਾ ਕਹੇ ਨਾ, ਕਮਾਈ ਕਰੇ ਸ਼ਬਦ ਦੀ, ਉਹਦੇ ਕੋਲ ਬੰਦਗੀ ਹੋਵੇ, ਉਹਦੇ ਕੋਲ ਸਿਮਰਨ ਹੋਵੇ, ਉਹਦੇ ਕੋਲ ਗੁਰੂ ਨਾਨਕ ਸਾਹਿਬ ਦਾ ਜਪ ਹੋਵੇ, ਇਸ ਸ਼ਬਦ ਤੋਂ ਵੱਧ ਕਿਸੇ ਕੋਲ ਤਾਕਤ ਹੈ? ਮੈਂ ਇੱਕ ਦਿਨ ਅੱਗੇ ਵੀ ਕਿਹਾ, ਗੁਰਮੁਖੋ ਸੱਚ ਇਹ ਵੀ ਜਿਹੜਾ ਵਾਹਿਗੁਰੂ ਸ਼ਬਦ ਤੁਸੀਂ ਸੰਗਤ 'ਚ ਬੋਲਦੇ ਹੋ, ਸਤਨਾਮ ਸ਼ਬਦ ਬੋਲਦੇ ਹੋ, ਮੂਲ ਮੰਤਰ ਪੜ੍ਹਦੇ ਹੋ, ਇਹ ਕੋਈ ਡਰਾਇੰਗ ਰੂਮ 'ਚ ਲਿਖ ਕੇ ਕਵਿਤਾ ਨਹੀਂ ਆਈ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਮੈਂ ਥੋੜ੍ਹੀ ਜਿਹੀ ਕਰਜ਼ੋਰ ਕਰਨੀ, ਅੱਜ ਸਾਰੇ ਕਹਿੰਦੇ ਹਾਂ ਕਿ ਬਾਬਾ ਜੀ ਦੀ ਬੜੀ ਕਮਾਈ, ਚਾਹੇ ਬੰਦਗੀ ਵਾਲਿਆਂ ਦੀ ਕਮਾਈ ਹੈ ਜੀ,
ਪਰ ਮੈਨੂੰ ਇੱਕ ਥੋੜ੍ਹਾ ਜਿਹਾ ਅੰਦਰ ਨੂੰ ਝੰਜੋਣਿਆ, ਮੈਂ ਨਿੰਦਿਆ ਨਹੀਂ ਕਰ ਰਿਹਾ, ਬਾਬਾ ਜੀ ਦੀ ਇੰਨੀ ਕਮਾਈ, ਬਾਬਾ ਜੀ ਇੱਥੇ ਸਹਾਇਕ ਹੋ ਗਏ। ਗੁਰਮੁਖੋ, ਜੇ ਬਾਬਾ ਜੀ ਦੀ ਕਮਾਈ ਅਤੇ ਬਾਬਾ ਜੀ ਅੱਜ ਮਦਦ ਕਰਦੇ ਨੇ, ਗੁਰੂ ਨਾਨਕ ਸਾਹਿਬ ਕਿਤੇ ਚਲੇ ਗਏ ਆ? ਜਿਹੜੇ ਬਾਬਿਆਂ ਦੇ ਬਾਬੇ ਨੇ, ਜਿਸ ਬਾਬੇ ਦੇ ਮੰਤਰ ਨੂੰ ਕਮਾ ਕੇ ਬਾਬੇ ਨੇ ਕਮਾਈ ਕੀਤੀ, ਯਾਦ ਰੱਖਿਓ ਸਭ ਤੋਂ ਵੱਡੇ ਬਾਬੇ ਦੇ ਚਰਨਾਂ ਨਾਲ ਜੁੜ ਕੇ ਦੇਖੀਏ। ਇਹ ਵਾਹਿਗੁਰੂ ਗੁਰ ਸ਼ਬਦ ਕਮਾਇਆ ਹੋਇਆ ਹੈ। ਤੇ ਇੱਕ ਵਾਰ ਮੈਂ ਬੇਨਤੀ ਕੀਤੀ ਸੀ, ਬੋੜ ਤੇ ਪਿੱਪਲ ਦਾ ਬੀਜ, ਖਾਸ ਕਰਕੇ ਬੋੜ ਦਾ ਬੀਜ ਪੰਛੀ ਖਾਂਦਾ ਹੈ, ਉਹਦੇ ਸਰੀਰ ਵਿੱਚੋਂ ਜਦੋਂ ਉਹ ਗਰਮ ਹੋ ਕੇ ਪ੍ਰੋਸੈਸ ਉਹਦਾ ਬੋਡੀ ਕਰਦੀ, ਉਹ ਬੀਜ ਗਲਦਾ ਨਹੀਂ, ਉਹ ਜਿੱਥੇ ਵੀ ਆਪਣੇ ਮਲ ਨੂੰ ਸੱਟਦਾ, ਉਹ ਪੱਥਰ ਵੀ ਹੋਵੇ ਸੱਚ, ਇਵੇਂ ਪੱਥਰ ਦੇ ਉੱਤੇ ਵੀ ਬੋੜ ਆਪਣੀਆਂ ਜੜ੍ਹਾਂ ਜਮਾ ਦਿੰਦੀ ਹੈ। ਕਿਉਂ? ਉਹ ਕਮਾਇਆ ਹੋਇਆ ਜੀ, ਜਿਹੜਾ ਵਾਹਿਗੁਰੂ ਸ਼ਬਦ ਹੈ, ਜਪ ਜੀ ਗੁਰਬਾਣੀ ਜਿਹੜੀ ਹੈ, ਸਾਰੀ ਮੈਂ ਕਹਾਂਗਾ, ਇਹ ਕਮਾਇਆ ਹੋਇਆ ਬੋਲ ਹੈ। ਇਹ ਤਾਂ ਕੌਡੇ ਰਾਕਸ਼ ਦੇ ਹਿਰਦੇ ਵਿੱਚ ਵੀ ਜੰਮ ਪਿਆ ਜੀ, ਇਹ ਭਾਈ ਸੱਜਣ ਸੱਜਣ ਠੱਗ ਅੰਦਰ ਜੰਮ ਪਿਆ।